ਆਦਮੀ ਪਾਰਟੀ ਵਿੱਚ ਮਚੇ ਸਿਆਸੀ ਕਮਾਸਾਨ ਦੀ ਦਰਮਿਆਨ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅਸਤੀਫਾ ਦਿੱਤਾ ਹੈ। ਇਸ ਤੋਂ ਬਾਅਦ ਐਚਐਸ ਫੂਲਕਾ ਨੇ ਇੱਕ ਅਹਿਮ ਬਿਆਨ ਦਿੱਤੇ ਕਿ ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਬਕਾਇਦਾ ਤਰੀਕੇ ਸਿਰ ਪ੍ਰਧਾਨ ਬਣਾਇਆ ਗਿਆ। ਉਹਨਾਂ ਕਿਹਾ ਕਿ ਵਿਧਾਇਕਾਂ ਨੇ ਆਪਸੀ ਸਹਿਮਤੀ ਨਾਲ ਭਗਵੰਤ ਮਾਨ ਦੇ ਨਾਮ ਤੇ ਮੋਹਰ ਲਗਾਈ ਹੈ। ਹਾਲਾਂਕਿ ਘੁੱਗੀ ਦੇ ਅਸਤੀਫੇ ਸੰਬੰਧੀ ਉਹਨਾਂ ਕਿਹਾ ਕਿ ਗੁਰਪ੍ਰੀਤ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਅਤੇ ਉਹ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਨਗੇ। ਜਿਸ ਤਰੀਕੇ ਸੇ ਬਣਾਇਆ ਹੈ ਵੋ ਤੋ ਬਹੁਮਤ ਸੇ ਬਣਾਇਆ ਹੈ। ਵਹਾਂ ਪੇ ਸਭੀ MLA ਥੇ ਔਰ ਵਹਾਂ ਪੇ ਪੰਜਾਬ ਕੀ ਦੂਸਰੀ ਲੀਡਰਸ਼ਿਪ ਵੀ ਥੇ, ਵਿੰਗਸ ਕੇ ਹੈੱਡ ਵੀ ਥੇ, ਤੋ ਉਨਕੇ ਸਭਸੇ ਪੂਛਾ ਗਿਆ ਔਰ ਜਿਸਕੇ ਫੇਵਰ ਮੇਂ ਬਹੁਮਤ ਥੀ, ਭਗਵੰਤ ਮਾਨ ਕੀ ਫੇਵਰ ਮੇਂ ਬਹੁਮਤ ਥੀ ਤੋ ਭਗਵੰਤ ਮਾਨ ਕੋ ਬਣਾਇਆ ਗਿਆ। ਮਗਰ ਜੇ ਬਹੁਤ ਅਨਫੋਰਚੁਨੇਟ ਹੈ ਕਿ ਘੁੱਗੀ ਜੀ ਨੇ ਜੋ ਪਾਰਟੀ ਛੋੜੀ ਹੈ ਉਨਕੋ ਮਨਾਏਂਗੇ, ਮੈਂ ਖੁਦ ਜਾਊਂਗਾ ਉਨਕੇ ਪਾਸ ਉਨਕੋ ਮਨਾਨੇ ਕੇ ਲੀਏ, ਤੋ ਔਰ ਉਨਕੋ ਪਾਰਟੀ ਮੇਂ ਵਾਪਸ ਲਾਣੇ ਕੀ ਪੂਰੀ ਕੋਸ਼ਿਸ਼ ਕਰੇਂਗੇ। ਕੰਟਰੈਕਟ ਕਰਨੇ ਕੀ, ਖਰੀਦਨੇ ਕੀ, ਵੋ ਕੋਸ਼ਿਸ਼ ਕਰ ਰਹੇ ਹੈ, ਜੇ ਬਹੁਤ ਹੀ ਗਲਤ ਬਾਤ ਹੈ। ਜੇ BJP ਕੀ ਤਰਫ ਸੇ ਵੋ ਆਪਣੀ ਤਰਫ ਸੇ ਪੂਰੀ ਕੋਸ਼ਿਸ਼ ਕਰ ਚੁੱਕੇ, 15-15 ਕਰੋੜ ਰੁਪਈਆ ਆਫਰ ਕਰ ਚੁੱਕੇ, ਹਮਾਰਾ ਕੋਈ ਵੀ ਵਿਧਾਇਕ ਖੇਲਣੇ ਵਾਲਾ ਨਹੀਂ ਹੈ, ਹਮਾਰੇ ਵਿਧਾਇਕੋਂ ਕੇ ਪਾਸ ਕੁਛ ਨਹੀਂ ਹੈ ਜੀ। ਇੱਕ ਇਮਾਨਦਾਰੀ ਹੈ, ਇੱਕ ਸਿੰਸੀਅਰਟੀ ਹੈ, ਵੋ ਇਮਾਨਦਾਰ ਹੈ ਆਪਣੇ ਹਲਕੇ ਕੇ ਲੋਕੋਂ ਕੀ ਤਰਫ, ਵੋ ਇਮਾਨਦਾਰ ਹੈ ਆਮ ਆਦਮੀ ਪਾਰਟੀ ਕੇ ਵਲੰਟੀਅਰ ਕੀ ਤਰਫ ਜਿਨ੍ਹਾਂ ਨੇ ਉਨਕੋ ਜਿਤਾਇਆ ਹੈ, ਤੋ ਹਮਾਰਾ ਇੱਕ ਵੀ ਵਿਧਾਇਕ ਖੇਲਣੇ ਵਾਲਾ ਨਹੀਂ ਹੈ।